ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਮੋਹਨ ਚੀਮਾ ਆਫ ਜ਼ੈਂਡਰ ਮਾਰਗੇਜ ਐਂਡ ਰੀਅਲ ਐਸਟੇਟ 5599052575। ਨਮਸਕਾਰ, ਰੇਡੀਓ ਪੰਜਾਬ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ। ਮੈਂ ਪੂਨਮ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਟਰੰਪ ਤੇ ਡੈਮੋਕਰੇਟਸ ਦਾ ਹਮਲਾ ਰਾਸ਼ਟਰੀ ਸੁਰੱਖਿਆ ਲਈ ਦੱਸਿਆ ਖਤਰਾ। ਅਮਰੀਕਾ ਨੇ ਇੱਕ ਪਾਕਿਸਤਾਨੀ ਪੁਲਿਸ ਅਧਿਕਾਰੀ ਨੂੰ ਕੀਤਾ ਬਲੈਕਲਿਸਟ। ਅਮਰੀਕਾ 'ਚ ਗੋਲੀਬਾਰੀ, ਪੁਲਿਸ ਅਧਿਕਾਰੀ ਸਣੇ 6 ਲੋਕਾਂ ਦੀ ਮੌਤ। ਸਿਡਨੀ 'ਚ ਛਾਏ ਧੂੰਏ ਦੇ ਗੁਬਾਰ, ਕਈ ਇਮਾਰਤਾਂ ਕਰਵਾਈਆਂ ਗਈਆਂ ਖਾਲੀ। ਚੀਨ ਸਰਕਾਰ ਵੱਲੋਂ ਦੇਸ਼ ਵਿੱਚ ਸਵਦੇਸ਼ੀ ਤਕਨਾਲੋਜੀ ਲਾਗੂ ਕਰਨ ਦੇ ਆਦੇਸ਼। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਾਸ਼ਟਰੀ ਸੁਰੱਖਿਆ ਲਈ ਸਪਸ਼ਟ ਤੌਰ ਤੇ ਖਤਰਾ ਦੱਸਦੇ ਹੋਏ ਡੈਮੋਕਰੇਟਸ ਨੇ ਸੋਮਵਾਰ ਨੂੰ ਉਨ੍ਹਾਂ ਦੇ ਮਹਾਂਦੋਸ਼ ਦੇ ਲਈ ਆਪਣਾ ਮਾਮਲਾ ਪੇਸ਼ ਕੀਤਾ। ਡੈਮੋਕਰੇਟਸ ਨੇ ਟਰੰਪ ਦੇ ਖਿਲਾਫ਼ ਰਸਮੀ ਰੂਪ ਨਾਲ ਦੋਸ਼ਾਂ ਨੂੰ ਤਿਆਰ ਕਰ ਲਿਆ। ਟਰੰਪ ਵੱਲੋਂ ਯੂਕਰੇਨ ਤੋਂ ਡਿਪਲੋਮੈਟਿਕ ਮਦਦ ਮੰਗਣ ਨੂੰ ਲੈ ਕੇ ਵਿਸਲ ਬਲੋਅਰ ਦੀ ਜਾਂਚ ਦੀ ਗੱਲ ਸਾਹਮਣੇ ਆਉਣ ਦੇ 4 ਮਹੀਨੇ ਬਾਅਦ ਡੈਮੋਕਰੇਟਸ ਨੇ ਕਿਹਾ ਕਿ ਟਰੰਪ ਵੱਲੋਂ ਭ੍ਰਿਸ਼ਟਾਚਾਰ, ਸੱਤਾ ਦੀ ਦੁਰਵਰਤੋਂ ਕਰਨ ਦੇ ਬਹੁਤ ਸਾਰੇ ਸਬੂਤ ਨੇ। ਡੈਮੋਕਰੇਟਸ ਦੇ ਵਕੀਲ ਡੈਨੀਅਲ ਗੋਲਡਮੈਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਇੱਕ ਵਿਦੇਸ਼ੀ ਦੇਸ਼ ਤੇ ਜ਼ਬਰਦਸਤੀ ਚੋਣ ਜਿੱਤਣ ਤੇ ਧੋਖਾ ਦੇਣ ਵਿੱਚ ਮਦਦ ਦੇ ਲਈ ਦਬਾਅ ਬਣਾਉਣਾ, ਸੁਤੰਤਰ ਤੇ ਨਿਰਪੱਖ ਚੋਣ ਤੇ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ। ਦੂਜੇ ਪਾਸੇ ਰਿਪਬਲਿਕਨ ਡਾਰਕਲਿੰਗ ਨੇ ਕਿਹਾ ਕਿ ਡੈਮੋਕਰੇਟਸ ਵੱਲੋਂ ਅਜਿਹਾ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਕਰਨਾ ਸਿਆਸੀ ਕਦਮ ਹੈ। ਟਰੰਪ ਨੇ ਆਪਣੇ ਖਿਲਾਫ਼ ਇਸ ਜਾਂਚ ਨੂੰ ਫਰਜ਼ੀ ਦੱਸਿਆ, ਜਦਕਿ ਡੈਮੋਕਰੇਟਸ ਦਾਅਵਾ ਕਰ ਰਹੇ ਨੇ ਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਦੇ ਕੋਲ ਸਬੂਤ ਨੇ। ਅਮਰੀਕਾ ਨੇ ਰਿਟਾਇਰਡ ਪਾਕਿਸਤਾਨੀ ਪੁਲਿਸ ਅਧਿਕਾਰੀ ਰਾਵ ਅਨਵਰ ਅਹਿਮਦ ਖਾਨ ਨੂੰ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦੇ ਮਾਮਲੇ ਵਿੱਚ ਕਾਲੀ ਸੂਚੀ ਵਿੱਚ ਪਾ ਦਿੱਤਾ। ਅਮਰੀਕੀ ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਮਲੇਰ ਜ਼ਿਲ੍ਹੇ ਵਿੱਚ ਸੀਨੀਅਰ ਪੁਲਿਸ ਸੁਪਰਿਟੈਂਡੈਂਟ ਦੇ ਰੂਪ ਵਿੱਚ ਆਪਣੀ ਸੇਵਾ ਦੇ ਚੁੱਕੇ ਐਨਕਾਊਂਟਰ ਮਾਹਰ ਤੇ ਗੈਰ ਕਾਨੂੰਨੀ ਹੱਤਿਆਵਾਂ ਕਰਨ ਦਾ ਦੋਸ਼ ਹੈ। ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਨਵਰ ਨੇ ਮਲੇਰ ਜ਼ਿਲ੍ਹੇ ਵਿੱਚ 190 ਤੋਂ ਵੱਧ ਐਨਕਾਊਂਟਰਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਵਿੱਚ 400 ਤੋਂ ਵੱਧ ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗੈਰ ਕਾਨੂੰਨੀ ਹੱਤਿਆਵਾਂ ਸਨ। ਅਧਿਕਾਰੀ ਨੇ ਕਿਹਾ ਕਿ ਅਨਵਰ ਪੁਲਿਸ ਅਤੇ ਅਪਰਾਧਾਂ ਦੇ ਠੱਗਾਂ ਦੇ ਨੈੱਟਵਰਕ ਦਾ ਵੀ ਮੁਖੀ ਸੀ, ਜੋ ਵਸੂਲੀ, ਭੂਮੀ ਕਬਜ਼ਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹੱਤਿਆ ਕਰਨ ਜਿਹੇ ਅਪਰਾਧਾਂ ਵਿੱਚ ਸ਼ਾਮਲ ਸੀ। ਅਮਰੀਕਾ ਦੇ ਇਸ ਕਦਮ ਦਾ ਪਾਕਿਸਤਾਨ ਨੇ ਸਵਾਗਤ ਕੀਤਾ ਤੇ ਕਿਹਾ ਕਿ ਗਲੋਬਲ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਦਿਸ਼ਾ ਵਿੱਚ ਇਹ ਇਤਿਹਾਸਿਕ ਕਦਮ ਹੈ। ਅਮਰੀਕਾ ਦੇ ਨਿਊਜਰਸੀ ਸਿਟੀ ਵਿੱਚ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ ਸਮੇਂ ਹੋਈ ਫਾਇਰਿੰਗ ਵਿੱਚ ਪੁਲਿਸ ਅਧਿਕਾਰੀ ਸਣੇ 6 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਮਾਰੇ ਗਏ ਹੋਰ ਲੋਕਾਂ ਵਿੱਚ 2 ਸ਼ੱਕੀਆਂ ਤੋਂ ਇਲਾਵਾ 3 ਨਾਗਰਿਕ ਵੀ ਸ਼ਾਮਲ ਨੇ। ਪੁਲਿਸ ਅਧਿਕਾਰੀ ਮੁਤਾਬਕ ਗੋਲੀਬਾਰੀ ਦੀ ਘਟਨਾ 2 ਥਾਵਾਂ ਉੱਤੇ ਹੋਈ। ਸਭ ਤੋਂ ਪਹਿਲਾਂ ਕਬਰਸਤਾਨ ਵਿੱਚ ਗੋਲੀ ਚੱਲੀ। ਮੌਕੇ ਤੇ ਪੁੱਜੇ ਡਿਟੈਕਟਿਵ ਜੋਸਫ ਸੀਲਸ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸ਼ੱਕੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਤੇ ਉਨ੍ਹਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਦੇ ਬਾਅਦ ਕੋਸ਼ਰ ਸੁਪਰ ਮਾਰਕੀਟ ਵਿੱਚ ਗੋਲੀਬਾਰੀ ਹੋਈ। ਇੱਥੋਂ 5 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 2 ਸ਼ੱਕੀ ਹਮਲਾਵਰ ਦੱਸੇ ਜਾ ਰਹੇ ਨੇ। ਸੁਪਰ ਮਾਰਕੀਟ ਵਿੱਚ ਪੁਲਿਸ ਅਧਿਕਾਰੀ ਤਕਰੀਬਨ 4 ਘੰਟੇ ਫਾਇਰਿੰਗ ਵਿੱਚ ਘਿਰੇ ਰਹੇ। ਘਟਨਾ ਵਿੱਚ 2 ਹੋਰ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਅੱਤਵਾਦੀ ਹਮਲਾ ਨਹੀਂ ਸੀ, ਪਰ ਫਿਰ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਦੁਨੀਆ 'ਚ ਔਰਤਾਂ ਖਿਲਾਫ਼ ਹਿੰਸਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਹੁਣ ਬ੍ਰਿਟੇਨ 'ਚ ਵੀ ਅਜਿਹੇ ਹੀ ਇੱਕ ਵਿਅਕਤੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸਨੇ ਸਿਰਫ਼ 2 ਹਫ਼ਤੇ ਅੰਦਰ ਹੀ ਦਰਜਨਾਂ ਔਰਤਾਂ ਤੇ ਬੱਚੀਆਂ ਦੇ ਨਾਲ ਜਬਰ ਜਨਾਹ ਕੀਤਾ ਸੀ। ਮੁਲਜ਼ਮ ਦੀ ਪਛਾਣ 34 ਸਾਲ ਦੇ ਜੋਸਫ ਮਕਾਨ ਵਜੋਂ ਹੋਈ ਹੈ। ਉਸਨੇ ਔਰਤਾਂ ਤੇ ਬੱਚੀਆਂ ਨੂੰ ਅਗਵਾ ਕੀਤਾ ਸੀ, ਉਨ੍ਹਾਂ ਦੇ ਨਾਲ ਜਬਰ ਜਨਾਹ ਕੀਤਾ ਤੇ ਕੁਝ ਦੇ ਨਾਲ ਛੇੜਛਾੜ ਵੀ ਕੀਤੀ। ਉਸਨੇ ਇਹ ਸਭ ਲੰਡਨ ਦੇ ਨੇੜੇ ਅਤੇ ਉੱਤਰ ਪੂਰਬੀ ਇੰਗਲੈਂਡ ਵਿੱਚ ਕੀਤਾ। ਉਸਨੂੰ 11 ਪੀੜਤਾਂ ਦੀ ਸ਼ਿਕਾਇਤ ਤੇ ਸਜ਼ਾ ਸੁਣਾਈ ਗਈ। ਪੀੜਤਾਂ ਵਿੱਚ 11 ਸਾਲ ਦੀ ਬੱਚੀ ਤੋਂ ਲੈ ਕੇ 71 ਸਾਲ ਦੀ ਬਜ਼ੁਰਗ ਮਹਿਲਾ ਤੱਕ ਸ਼ਾਮਲ ਹੈ। ਇਹ ਘਟਨਾਵਾਂ ਇਸੇ ਸਾਲ ਅਪ੍ਰੈਲ ਦੇ ਆਖਿਰ ਵਿੱਚ ਹੋਈਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਮਕਾਨ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਇਹ ਗੱਲ ਲੰਡਨ ਦੇ ਸੈਂਟਰਲ ਕੋਰਟ ਵਿੱਚ ਜੱਜ ਨੇ ਕਹੀ। ਮੁਲਜ਼ਮ ਨੂੰ ਜੱਜ ਐਡਿਸ ਨੇ 37 ਰੇਪ, ਛੇੜਛਾੜ, ਅਗਵਾ ਦੇ ਅਪਰਾਧ ਵਿੱਚ 33 ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਮੁਲਜ਼ਮ ਮਕਾਨ ਨੇ ਖੁਦ ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਉਸਨੇ ਕੋਰਟ ਦੀ ਸੁਣਵਾਈ ਵਿੱਚ ਆਉਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਹ ਇਹ ਸਜ਼ਾ ਪੂਰੀ ਨਹੀਂ ਕਰੇਗਾ। ਹਾਲਾਂਕਿ ਜੱਜ ਨੇ ਕਿਹਾ ਕਿ ਉਸਨੂੰ ਘੱਟੋ ਘੱਟ 30 ਸਾਲ ਤਾਂ ਜੇਲ੍ਹ ਵਿੱਚ ਰਹਿਣਾ ਹੀ ਪਵੇਗਾ। ਮਾਮਲੇ ਦੀ ਜਾਂਚ ਕਰਨ ਵਾਲੇ ਡਿਟੈਕਟਿਵ ਚੀਫ ਇੰਸਪੈਕਟਰ ਕੈਥਰੀਨ ਗੁਡਵਿਨ ਨੇ ਕਿਹਾ ਕਿ ਮਕਾਨ ਬ੍ਰਿਟੇਨ ਦੇ ਸਭ ਤੋਂ ਖਤਰਨਾਕ ਅਪਰਾਧੀਆਂ ਵਿੱਚੋਂ ਇੱਕ ਹੈ। ਮਕਾਨ ਦੀ ਮਦਦ ਕਰਨ ਦੇ ਸ਼ੱਕ ਵਿੱਚ 4 ਵਿਅਕਤੀ ਤੇ 2 ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਹਨਾਂ ਨੂੰ ਜ਼ਮਾਨਤ ਮਿਲ ਗਈ।
ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਜੰਗਲੀ ਅੱਗ ਦੇ ਖਤਰਨਾਕ ਧੂੰਏ ਕਾਰਨ ਮੰਗਲਵਾਰ ਨੂੰ ਸਿਡਨੀ ਵਿੱਚ ਹੁਣ ਤੱਕ ਦਾ ਸਭ ਤੋਂ ਖਤਰਨਾਕ ਦਿਨ ਰਿਹਾ। ਇਮਾਰਤਾਂ ਵਿੱਚ ਧੂੰਆਂ ਭਰਨ ਕਾਰਨ ਲੋਕਾਂ ਲਈ ਮੁਸ਼ਕਲਾਂ ਵੱਧ ਗਈਆਂ ਤੇ ਕਈ ਇਲਾਕਿਆਂ ਵਿੱਚ ਧੂੰਏ ਦੀ ਮੋਟੀ ਚਾਦਰ ਫੈਲ ਗਈ। ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਤੇ ਯੂਨੀਵਰਸਿਟੀ ਆਫ਼ ਸਿਡਨੀ ਸਣੇ ਕਈ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ। ਸ਼ਹਿਰ ਦੇ ਉੱਤਰੀ ਤੇ ਦੱਖਣੀ ਖੇਤਰ ਵਿੱਚ ਲੋਕਾਂ ਦੀ ਸਿਹਤ ਲਈ ਸੰਕਟ ਖੜਾ ਹੋ ਗਿਆ ਕਿਉਂਕਿ ਪ੍ਰਦੂਸ਼ਿਤ ਹਵਾ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਬਜ਼ੁਰਗਾਂ ਦਾ ਸੈਰ ਕਰਨਾ ਤੇ ਬੱਚਿਆਂ ਦਾ ਪਾਰਕ ਵਿੱਚ ਘੁੰਮਣਾ ਫਿਰਨਾ ਬੰਦ ਹੋ ਗਿਆ। ਵਿਦਿਆਰਥੀਆਂ ਨੂੰ ਲੰਚ ਟਾਈਮ ਵੀ ਸਕੂਲਾਂ ਦੇ ਅੰਦਰ ਰੱਖਿਆ ਜਾਂਦਾ ਤਾਂ ਕਿ ਬਾਹਰ ਘੁੰਮਣ ਸਮੇਂ ਉਨ੍ਹਾਂ ਦੀ ਸਿਹਤ ਤੇ ਜ਼ਹਿਰੀਲੀ ਹਵਾ ਦਾ ਪ੍ਰਭਾਵ ਨਾ ਪਵੇ। 3,19,000 ਹੈਕਟਰ ਦਾ ਇਲਾਕਾ ਜੰਗਲੀ ਅੱਗ ਕਾਰਨ ਬਰਬਾਦ ਹੋ ਚੁੱਕਾ ਜੋ ਕਿ ਭਾਰੀ ਨੁਕਸਾਨ ਹੈ। ਬਹੁਤ ਸਾਰੇ ਘਰ ਵੀ ਇਸ ਦੀ ਲਪੇਟ ਵਿੱਚ ਆ ਚੁੱਕੇ ਨੇ। ਭਾਰੀ ਧੂੰਏ ਕਾਰਨ ਹਾਰਬਰ ਬ੍ਰਿਜ ਤੇ ਓਪੇਰਾ ਹਾਊਸ ਕਾਫੀ ਧੁੰਦਲੇ ਦਿਖਾਈ ਦੇ ਰਹੇ ਨੇ। ਵੱਡੀ ਗਿਣਤੀ ਵਿੱਚ ਫਾਇਰ ਫਾਈਟਰਸ ਮੁਸ਼ਕਤ ਕਰ ਰਹੇ ਨੇ ਪਰ ਅਜੇ ਸਥਿਤੀ ਕਾਬੂ ਵਿੱਚ ਨਹੀਂ ਹੋਈ। ਟ੍ਰੇਡ ਵਪਾਰ ਦੇ ਵਿੱਚ ਚੀਨ ਨੇ ਅਮਰੀਕਾ ਨੂੰ ਕਰਾਰਾ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਚੀਨ ਨੇ ਪੱਛਮੀ ਟੈਕਨੋਲੋਜੀ ਤੇ ਉਸ ਨਾਲ ਜੁੜੇ ਕੰਪਿਊਟਰ ਉਪਕਰਨਾਂ ਨੂੰ ਦੇਸ਼ ਵਿੱਚੋਂ ਹਟਾਉਣ ਦਾ ਫੈਸਲਾ ਲਿਆ। ਰਿਪੋਰਟ ਮੁਤਾਬਕ ਸਰਕਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਦਫ਼ਤਰਾਂ ਵਿੱਚ 2 ਤੋਂ 3 ਕਰੋੜ ਵਿਦੇਸ਼ੀ ਕੰਪਿਊਟਰ ਉਪਕਰਨ ਬਦਲਣੇ ਹੋਣਗੇ। ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਮੁਤਾਬਕ ਕਮਿਊਨਿਸਟ ਸਰਕਾਰ ਨੇ ਸਾਰੇ ਸਰਕਾਰੀ ਤੇ ਜਨਤਕ ਦਫ਼ਤਰਾਂ ਨੂੰ ਆਦੇਸ਼ ਦਿੱਤਾ ਕਿ ਉਹ ਆਉਣ ਵਾਲੇ 3 ਸਾਲ ਵਿੱਚ ਆਪਣੇ ਇੱਥੋਂ ਵਿਦੇਸ਼ੀ ਕੰਪਿਊਟਰ ਉਹਨਾਂ ਦੇ ਹਾਰਡਵੇਅਰ ਤੇ ਸੌਫਟਵੇਅਰ ਹਟਾ ਦੇਣ। ਉਹਨਾਂ ਦੀ ਜਗ੍ਹਾ ਦੇਸ਼ ਵਿੱਚ ਬਣੇ ਕੰਪਿਊਟਰ ਉਪਕਰਨ ਤੇ ਸੌਫਟਵੇਅਰ ਲਗਾਉਣ ਤਾਂ ਜੋ ਟੈਕਨੋਲੋਜੀ ਵਿੱਚ ਦੇਸ਼ ਆਤਮ ਨਿਰਭਰ ਹੋ ਸਕੇ। ਵਿਦੇਸ਼ੀ ਟੈਕਨੋਲੋਜੀ ਤੇ ਰੋਕ ਲਗਾਉਣ ਲਈ ਡੈੱਲ, ਐਚਪੀ, ਮਾਈਕ੍ਰੋਸੌਫਟ ਜਿਹੀਆਂ ਵੱਡੀਆਂ ਅਮਰੀਕੀ ਕੰਪਨੀਆਂ ਨੂੰ ਝਟਕਾ ਲੱਗੇਗਾ ਕਿਉਂਕਿ ਚੀਨ ਉਹਨਾਂ ਦੇ ਆਪਰੇਟਿੰਗ ਸਿਸਟਮ ਤੇ ਉਪਕਰਨਾਂ ਦੇ ਸਭ ਤੋਂ ਵੱਡੇ ਖਪਤਕਾਰਾਂ ਵਿੱਚੋਂ ਇੱਕ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਟ੍ਰੇਡ ਵਾਰ ਹੁਣ ਟੈਕਨੋਲੋਜੀ ਕੋਲਡ ਵਾਰ ਵਿੱਚ ਬਦਲ ਗਈ ਹੈ। ਅਮਰੀਕਾ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਇੱਕ ਸ਼ਖਸ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਇਸ ਸਿੱਖ ਨੂੰ ਅਤੇ ਉਸ ਦੇ ਨਾਰੰਗੀ ਰੰਗ ਦੇ ਟਰੱਕ ਨੂੰ ਵਾਸ਼ਿੰਗਟਨ ਵਿੱਚ ਹਰ ਕੋਈ ਪਛਾਣਦਾ ਹੈ। ਇਸ ਸੇਵਾ ਟਰੱਕ ਜ਼ਰੀਏ ਸਕੂਲਾਂ ਤੇ ਸਮਾਜਿਕ ਕੰਮ ਕਰਨ ਵਾਲਿਆਂ ਵਾਲੇ ਸੰਗਠਨਾਂ ਸਮੇਤ ਉਹਨਾਂ ਸਥਾਨਕ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੁੰਦੀ ਹੈ। ਸੰਨੀ ਕੱਕੜ ਬੀਤੇ 3 ਸਾਲਾਂ ਤੋਂ ਮਨੁੱਖੀ ਭਲਾਈ ਦਾ ਇਹ ਕੰਮ ਕਰ ਰਹੇ ਨੇ। ਇਸ ਜ਼ਰੀਏ ਅੱਜ ਉਹ 20,000 ਲੋਕਾਂ ਦਾ ਪੇਟ ਭਰਦੇ ਨੇ। ਸੰਨੀ ਦੀ ਇਸ ਪਹਿਲ ਦਾ ਵਿਸ਼ੇਸ਼ ਰੂਪ ਨਾਲ ਬੱਚਿਆਂ ਨੂੰ ਫਾਇਦਾ ਹੁੰਦਾ ਹੈ। ਸੰਨੀ ਨੇ ਦੱਸਿਆ ਕਿ ਜਿਹੜੇ ਸਕੂਲਾਂ ਵਿੱਚ ਸੇਵਾ ਟਰੱਕ ਜ਼ਰੀਏ ਪਿਛਲੇ 3 ਸਾਲਾਂ ਵਿੱਚ ਨਿਯਮਿਤ ਰੂਪ ਨਾਲ ਭੋਜਨ ਪਹੁੰਚਾਇਆ ਜਾ ਰਿਹਾ ਹੈ ਉੱਥੇ ਵਿਦਿਆਰਥੀਆਂ ਦੀ ਹਾਜ਼ਰੀ 30% ਵਧੀ ਹੈ। ਇਸ ਸਫਲਤਾ ਨਾਲ ਉਤਸ਼ਾਹਿਤ ਸੰਨੀ ਨੇ ਮਿਸ਼ੀਗਨ ਵਿੱਚ ਵੀ ਇਸ ਪਹਿਲ ਨੂੰ ਸ਼ੁਰੂ ਕੀਤਾ। ਉਹਨਾਂ ਨੂੰ ਆਸ ਹੈ ਕਿ ਦੇਸ਼ ਭਰ ਵਿੱਚ ਇਹ ਪਹਿਲ ਫੈਲੇਗੀ ਅਤੇ ਕਿਸੇ ਨੂੰ ਭੁੱਖੇ ਪੇਟ ਸੋਣਾ ਨਹੀਂ ਪਵੇਗਾ। ਬੁਲੇਟਿਨ ਦੇ ਆਖਿਰ ਵਿੱਚ ਮੁੱਖ ਖ਼ਬਰਾਂ ਇੱਕ ਵਾਰੀ ਫੇਰ। ਟਰੰਪ ਤੇ ਡੈਮੋਕਰੇਟਸ ਦਾ ਹਮਲਾ ਰਾਸ਼ਟਰੀ ਸੁਰੱਖਿਆ ਲਈ ਦੱਸਿਆ ਖਤਰਾ। ਅਮਰੀਕਾ ਨੇ ਇੱਕ ਪਾਕਿਸਤਾਨੀ ਪੁਲਿਸ ਅਧਿਕਾਰੀ ਨੂੰ ਕੀਤਾ ਬਲੈਕਲਿਸਟ। ਅਮਰੀਕਾ 'ਚ ਗੋਲੀਬਾਰੀ, ਪੁਲਿਸ ਅਧਿਕਾਰੀ ਸਣੇ 6 ਲੋਕਾਂ ਦੀ ਮੌਤ। ਸਿਡਨੀ 'ਚ ਛਾਏ ਧੂੰਏ ਦੇ ਗੁਬਾਰ, ਕਈ ਇਮਾਰਤਾਂ ਕਰਵਾਈਆਂ ਗਈਆਂ ਖਾਲੀ। ਚੀਨ ਸਰਕਾਰ ਵੱਲੋਂ ਦੇਸ਼ ਵਿੱਚ ਸਵਦੇਸ਼ੀ ਟੈਕਨੋਲੋਜੀ ਲਾਗੂ ਕਰਨ ਦੇ ਆਦੇਸ਼। ਇਸ ਦੇ ਨਾਲ ਹੀ ਸਾਡਾ ਅੱਜ ਦਾ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਸਨ ਮੋਹਨ ਚੀਮਾ ਆਫ ਜ਼ੈਂਡਰ ਮੋਰਗੇਜ ਐਂਡ ਰੀਅਲ ਐਸਟੇਟ, 5599052575।